ਪੰਜਾਬ ਟੀਵੀ ਦੇਖ ਰਹੇ ਤੁਸੀਂ ਮੈਂ ਕਰਨ ਹੰਡਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਹੁਣ ਸਟਰੀਟ ਲਾਈਟ ਘਟਾਲੇ ਦਾ ਪਰਦਾਫਾਸ਼ ਹੁੰਦਾ ਨਜ਼ਰ ਆ ਰਿਹਾ ਜਿੱਥੇ ਪਹਿਲਾਂ ਲੁਧਿਆਣੇ ਤੋਂ ਹੀ ਟਰਾਂਸਪੋਰਟੇਸ਼ਨ ਟੈਂਡਰ ਘਟਾਲੇ ਦੀ ਖਬਰ ਸਾਹਮਣੇ ਆਉਂਦੀ ਹੈ ਉੱਥੋਂ ਹੀ ਹੁਣ ਸਟਰੀਟ ਲਾਈਟ ਘਟਾਲੇ ਦੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ 26 ਪਿੰਡਾਂ ਦੀਆਂ ਲਾਈਟਾਂ ਦਾ ਘਟਾਲਾ ਕੀਤਾ ਗਿਆ ਤਾਂ ਕੌਣ ਖਾ ਗਿਆ 26 ਪਿੰਡਾਂ ਦੀਆਂ ਲਾਈਟਾਂ ਤਿੰਨ ਵੱਡੇ ਅਫਸਰ ਗ੍ਰਿਫਤਾਰ ਹੋਏ ਨੇ ਬੀਡੀਪੀਓ ਕਮੇਟੀ ਚੇਅਰਮੈਨ ਤੇ ਵੀਡੀਓ ਗ੍ਰਿਫਤਾਰ ਹੋਏ ਨੇ ਸਿੱਧਵਾ ਬੇਟ ਬਲਾਕ ਦੇ ਅਫਸਰ ਗ੍ਰਫਤਾਰ ਕੀਤੇ ਗਏ ਨੇ ਇਹਨਾਂ ਤਿੰਨ ਅਫਸਰਾਂ ਨੂੰ ਗ੍ਰਫਤਾਰ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ 65 ਲੱਖ ਰੁਪਏ ਦਾ ਇਸ ਘਟਾਲੇ ਦਾ ਅੰਦਾਜ਼ਾ ਹੈ ਜਿਸ ਦੇ ਵਿੱਚ ਸਟਰੀਟ ਲਾਈਟਾਂ ਦੇ ਰਕਮ ਜਿਹੜੀ ਉਹ ਗੱਭਨ ਕੀਤੀ ਗਈ ਹੈ 26 ਪਿੰਡਾਂ ਦੇ ਵਿੱਚ ਸਟਰੀਟ ਲਾਈਟਾਂ ਲਗਣੀਆਂ ਸੀ ਜਿਸ ਦੇ ਕਿ ਹੁਣ ਖੁਲਾਸਾ ਹੋਇਆ ਕਿ ਪਰਦਾਫਾਸ਼ ਹੋਇਆ ਕਿ ਕਪਲਾ ਕੀਤਾ ਗਿਆ ਬੀਡੀਪੀਓ ਸਿੱਧਵਾ ਬੇਟ ਬਲਾਕ ਲੁਧਿਆਣਾ ਦੇ ਲਖਵਿੰਦਰ ਸਿੰਘ ਚੇਅਰਮੈਨ ਤੇ ਉਧਰ ਹੀ ਬਲਾਕ ਸਮਤੀ ਦੇ ਚੇਅਰਮੈਨ ਲਖਵਿੰਦਰ ਸਿੰਘ ਦੇ ਨਾਲ-ਨਾਲ ਸਿਧਵਾ ਬੇਟ ਦੇ ਸਰਕਾਰੀ ਫੰਡ ਨੂੰ ਜਿਹੜਾ ਕੀ ਹੈ ਹੇਰਾਫੇਰੀ ਕਰਨ ਦੇ ਦੋਸ਼ ਲੱਗੇ ਨੇ ਜਿਸ ਦੇ ਤਹਿਤ ਗ੍ਰਿਫਤਾਰੀ ਹੋਈ ਹੈ ਅਦਾਲਤ ਦੇ ਵਿੱਚ ਪੇਸ਼ ਕਰਕੇ ਹੁਣ ਤਿੰਨ ਦਿਨ ਦਾ ਰਿਮਾਂਡ ਵੀ ਹਾਸਲ ਕਰ ਲਿਆ ਗਿਆ ਤਾਂ ਗ੍ਰਾਮ ਗ੍ਰਾਮ ਜਿਹੜਾ ਕੀ ਹੈ ਵਿਕਾਸ ਦੇ ਜੋ ਅਧਿਕਾਰੀ ਸੀ ਵੀਡੀਓ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਤੇਜਾ ਸਿੰਘ ਸਿਧਵਾ ਬੇਟ ਦੇ ਵੀਡੀਓ ਸੀ ਜਿਨ੍ਹਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਤਾਂ 26 ਪਿੰਡਾਂ ਦੀਆਂ ਸਟਰੀਟ ਲਾਈਟਾਂ ਦਾ ਘਟਾਲਾ ਕੀਤਾ ਗਿਆ ਜਿਨ੍ਹਾਂ ਨੂੰ ਕਿ ਜਿੱਥੇ ਕਿ ਰਕਮ ਗਬਨ ਕੀਤੀ ਗਈ ਹੈ ਜਿਸ ਦੇ ਵਿੱਚ ਹੁਣ ਇਹ ਸਾਰਾ ਖੁਲਾਸਾ ਹੁੰਦਾ ਹੋਇਆ ਸਾਹਮਣੇ ਆ ਰਿਹਾ ਹੈ ਦੋਣੀ ਕੀਮਤ ਤੇ ਦੁੱਗਣੀ ਕੀਮਤ ਤੇ ਸਟਰੀਟ ਲਾਈਟਾਂ ਖਰੀਦੀਆਂ ਗਈਆਂ 26 ਪਿੰਡਾਂ ਦੀਆਂ ਸਟਰੀਟ ਲਾਈਟਾਂ 65 ਲੱਖ ਰੁਪਏ ਦੇ ਵਿੱਚ ਖਰੀਦੀਆਂ ਗਈਆਂ ਜਿਸ ਦੇ ਘਟਾਲੇ ਦੇ ਦੋਸ਼ ਦੇ ਵਿੱਚ ਹੁਣ ਤਿੰਨ ਅਫਸਰ ਬੀਡੀਪੀਓ ਚੇਅਰਮੈਨ ਤੇ ਨਾਲ ਦੀ ਨਾਲ ਇੱਕ ਵੀਡੀਓ ਗ੍ਰਫਤਾਰ ਕੀਤਾ ਗਿਆ ਹੈ ਅ ਜਿਸ ਤੋਂ ਬਾਅਦ ਕੇ ਅਦਾਲਤ ਵੱਲੋਂ 3 ਦਿਨ ਦਾ ਰਿਮਾਂਡ ਵੀ ਵਿਜੀਲੈਂਸ ਨੂੰ ਦੇ ਦਿੱਤਾ ਗਿਆ ਤਾਂ ਲੁਧਿਆਣੇ ਦੀ ਧਰਤੀ ਤੋਂ ਇੱਕ ਹੋਰ ਕੱਪਲੇ ਦਾ ਖੁਲਾਸਾ ਹੁੰਦਾ ਹੋਇਆ ਨਜ਼ਰ ਆਇਆ ਜਿੱਥੇ ਪਿੰਡਾਂ ਦੇ ਵਿਕਾਸ ਦੇ ਲਈ ਜੋ ਪੈਸਾ ਆਇਆ ਸੀ ਜੋ ਲੋਕਾਂ ਦੇ ਵਿਕਾਸ ਦੇ ਲਈ ਖਰਚ ਹੋਣਾ ਸੀ ਉਹ ਪੈਸਾ ਉਹ 65 ਲੱਖ ਰੁਪਈਆ ਜਿਸ ਦੇ ਨਾਲ 26 ਪਿੰਡਾਂ ਦੀਆਂ ਸੜਕਾਂ ਰੋਸ਼ਨ ਹੋਣੀਆਂ ਸੀ ਜਿੱਥੇ ਸਟਰੀਟ ਲਾਈਟਾਂ ਲਗਣੀਆਂ ਸੀ ਉਹ 26 ਪਿੰਡਾਂ ਦੇ ਵਿਕਾਸ ਦਾ ਪੈਸਾ ਕਿਹੜੇ ਅਫਸਰਾਂ ਨੇ ਖਾਧਾ ਤਿੰਨ ਜਣੇ ਗ੍ਰਿਫਤਾਰ ਹੋਏ ਨੇ ਪਰ ਜਾਂਚ ਦੇ ਵਿੱਚ ਜ਼ਰੂਰ ਕਈ ਖੁਲਾਸੇ ਹੋਣਗੇ ਕਿ ਕਿਹੜੇ-ਕਿਹੜੇ ਅਫਸਰ ਇਸ ਦੇ ਵਿੱਚ ਹੋਰ ਜੁੜੇ ਹੋਏ ਸੀ ਕੀ ਕਿਸੇ ਸਿਆਸਤਦਾਨ ਦੀ ਵੀ ਇਸ ਦੇ ਵਿੱਚ ਇਨਵੋਲਵਮੈਂਟ ਸੀ ਸ਼ਮੂਲੀਅਤ ਸੀ ਇਹ ਸਾਰੇ ਖੁਲਾਸੇ ਵਿਜੀਲੈਂਸ ਜਾਂਚ ਦੇ ਵਿੱਚ ਸਾਹਮਣੇ ਆਉਣਗੇ ਜਿਸ ਤੋਂ ਬਾਅਦ ਕਿ ਅ ਹੁਣ ਇੱਕ ਵਾਰ ਹੋਰ ਇੱਕ ਹੋਰ ਘਟਾਲੇ ਦੀ ਜਾਂਚ ਵੱਡੀ ਹੋ ਸਕਦੀ ਹੈ ਭਾਵੇਂ ਕਿ ਇਸ ਘਟਾਲੇ ਦਾ ਮਿਆਰ ਵੀ ਵੱਡਾ ਹੋ ਸਕਦਾ ਹੈ ਕਿਉਂਕਿ ਹਲੇ ਮੁੱਢਲੀ ਜਾਂਚ ਦੇ ਵਿੱਚ ਹੀ 65 ਲੱਖ ਰੁਪਏ ਦੇ ਘਟਾਲੇ ਦੀ ਗੱਲ ਸਾਹਮਣੇ ਆਈ ਹੈ ਤਾਂ ਜ਼ਾਹਰ ਤੌਰ ਤੇ ਜਦੋਂ ਜਾਂਚ ਅੱਗੇ ਵਧੇਗੀ ਤਾਂ ਹੋਰ ਖੁਲਾਸੇ ਵੀ ਹੁੰਦੇ ਹੋਏ ਨਜ਼ਰ ਆ ਸਕਦੇ ਨੇ ਤਾਂ ਬੀ ਡੀ ਪੀਓ ਕਮੇਟੀ ਦਾ ਚੇਅਰਮੈਨ ਤੇ ਨਾਲ ਦੀ ਨਾਲ ਵੀਡੀਓ ਗ੍ਰਿਫਤਾਰ ਕੀਤਾ ਗਿਆ ਜਿੱਥੇ 3325 ਰੁਪਏ ਦੀ ਥਾਂ ਤੇ 7288 ਰੁਪਏ ਦੇ ਹਿਸਾਬ ਨਾਲ ਇੱਕ ਲਾਈਟ ਖਰੀਦੀ ਗਈ ਯਾਨੀ ਕਿ ਇੱਕ ਇੱਕ ਸਟਰੀਟ ਲਾਈਟ ਦੇ ਮਗਰ ਇੱਕ ਸਟਰੀਟ ਲਾਈਟ ਦੇ ਪੈਸੇ ਖਾਲੇ ਗਏ ਦੋ ਦੁਗਣੀ ਕੀਮਤ ਤੇ ਹਰ ਸਟਰੀਟ ਲਾਈਟ ਖਰੀਦੀ ਗਈ ਤੇ ਕੁੱਲ 65 ਲੱਖ ਦੀ ਰਕਮ ਇਸ ਤਰੀਕੇ ਗਵਣ ਕੀਤੀ ਗਈ ਤਾਂ ਕੀ ਸਿਰਫ ਤੇ ਸਿਰਫ ਅਫਸਰ ਹੀ ਇਹ ਸਾਰੇ ਘਟਾਲੇ ਦੇ ਵਿੱਚ ਇਨਵੋਲ ਸੀ ਜਾਂ ਫਿਰ ਕਿਸੇ ਸਿਆਸੀ ਆ ਸਿਆਸੀ ਆਗੂ ਦੇ ਵੀ ਸ਼ੈ ਐਸ ਸੀ ਐਸ ਦੇ ਵਿੱਚ ਆ ਉਸ ਦੇ ਵੀ ਇਨਵੋਲਵਮੈਂਟ ਸੀ ਇਹ ਦੇਖਣਾ ਹੋਵੇਗਾ ਕਿਉਂਕਿ ਪਹਿਲਾਂ ਟ੍ਰਾਂਸਪੋਰਟੇਸ਼ਨ ਟੈਂਡਰ ਦੇ ਘਟਾਲੇ ਦੇ ਵਿੱਚ ਜਿਵੇਂ ਜਿਵੇਂ ਪਰਤਾਂ ਖੁੱਲੀਆਂ ਤਾਂ ਉਵੇਂ-ਉਵੇਂ ਕਈ ਸਾਰੇ ਖੁਲਾਸੇ ਹੁੰਦੇ ਨਜ਼ਰ ਆਏ ਸੀ ਤਾਂ ਇਸ ਖੁਲਾਸੇ ਦੇ ਵਿੱਚ ਵੀ ਇਹ ਦੇਖਣਾ ਹੋਵੇਗਾ ਕਿ ਕਿਹੜੇ-ਕਿਹੜੇ ਨਾਂ ਹੋਰ ਜੁੜਦੇ ਨੇ ਸਟਰੀਟ ਲਾਈਟ ਘਟਾਲਾ 65 ਲੱਖ ਰੁਪਏ ਦਾ ਕਟਾਲਾ 26 ਪਿੰਡਾਂ ਦੀਆਂ ਸਟਰੀਟ ਲਾਈਟਾਂ ਦੀ ਰਕਮ ਗਵਨ ਕੀਤੀ ਗਈ 3 3300 ਰੁਪਏ ਦੀ ਲਾਈਟ 7200 ਰੁਪਏ ਦੇ ਵਿੱਚ ਖਰੀਦੀ ਗਈ ਦੁੱਗਣੀ ਕੀਮਤ ਤੇ ਲਾਈਟਾਂ ਖਰੀਦ ਕੇ ਸਰਕਾਰੀ ਫੰਡ ਗਵਨ ਕੀਤੇ ਗਏ ਆ ਤਾਂ ਖੁਲਾਸੇ ਦੇ ਨਾਲ ਜੁੜੀ ਹੋਰ ਅਪਡੇਟਸ ਲੈ ਕੇ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਧੰਨਵਾਦ